ਟ੍ਰੈਫਿਕ ਰੂਲਸ ਦੀ ਉਲੰਘਣਾ ਕਰਨ ਵਾਲਿਆਂ ਦੇ ਅੱਜ ਮਲੇਰਕੋਟਲਾ ਪੁਲਿਸ ਵੱਲੋਂ ਕੀਤੇ ਗਏ ਚਲਾਨ। ਇਸ ਸੰਬੰਧੀ ਜਾਣਕਾਰੀ ਦਿੰਦੇ ਆ ਟ੍ਰੈਫਿਕ ਇੰਚਾਰਜ ਬਲਵੀਰ ਸਿੰਘ ਨੇ ਦੱਸਿਆ ਕਿ ਗਲਤ ਪਾਰਕਿੰਗ ਕਰਨ ਵਾਲੇ ਅਤੇ ਹੋਰ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਦੇ ਅੱਜ ਚਲਾਨ ਕੀਤੇ ਗਏ। ਉਹਨਾਂ ਦੱਸਿਆ ਕਿ ਜੋ ਵੀ ਬੰਦਾ ਟ੍ਰੈਫਿਕ ਰੂਲਸ ਦੀ ਪਾਲਣਾ ਨਹੀਂ ਕਰੇਗਾ ਉਸ ਨੂੰ ਸਖਤੀ ਦੇ ਨਾਲ ਨਿਪਟਿਆ ਜਾਵੇਗਾ। ਇਸ ਮੌਕੇ ਉਹਨਾਂ ਦੱਸਿਆ ਕਿ ਹਰ ਰੋਜ਼ ਗਲਤ ਪਾਰਕਿੰਗ ਕਰਨ ਵਾਲਿਆਂ ਦੇ ਚਲਾਨ ਕੀਤੇ ਜਾਂਦੇ ਹਨ ਅਤੇ ਉਹਨਾਂ ਦੀਆਂ ਗੱਡੀਆਂ ਨੂੰ ਲੌਕ ਵੀ ਕੀਤਾ ਜਾਂਦਾ ਹੈ। ਉਹਨਾਂ ਅੱਗੇ ਜਾਣਕਾਰੀ ਦਿੰਦਿਆਂ ਇਹ ਵੀ ਦੱਸਿਆ ਕਿ ਬੁਲਟ ਦੇ ਪਟਾਕੇ ਪਾਉਣ ਵਾਲੇ ਨੌਜਵਾਨਾਂ ਨੂੰ ਖਾਸ ਤੌਰ 'ਤੇ ਸਖਤੀ ਦੇ ਨਾਲ ਨਿਪਟਿਆ ਜਾਵੇਗਾ। ਉਹਨਾਂ ਕਿਹਾ ਕਿ ਆਮ ਪਬਲਿਕ ਨੂੰ ਵੀ ਚਾਹੀਦਾ ਹੈ ਕਿ ਆਪਣੀ ਗੱਡੀ ਉਸ ਜਗ੍ਹਾ 'ਤੇ ਪਾਰਕ ਕਰਨ ਜਿੱਥੇ ਟ੍ਰੈਫਿਕ ਦੇ ਵਿੱਚ ਖਲਲ ਨਾ ਪਵੇ। ਉਹਨਾਂ ਦੀ ਇੱਕ ਛੋਟੀ ਜਿਹੀ ਗਲਤੀ ਦੇ ਨਾਲ ਲੰਬੇ ਲੰਬੇ ਟ੍ਰੈਫਿਕ ਜਾਮ ਲੱਗ ਜਾਂਦੇ ਹਨ। ਸਤਿ ਸ਼੍ਰੀ ਅਕਾਲ ਸਰ। ਅੱਜ ਹੀ ਸਰ ਥੋੜ੍ਹਾ ਜਿਹਾ ਬਾਜ਼ਾਰ ਦੇ ਵਿੱਚ ਜ਼ਿਆਦਾ ਭੀੜ ਭੜਕੇ ਕਰਕੇ ਨਾ ਟ੍ਰੈਫਿਕ ਜਾਮ ਲੱਗਿਆ ਹੋਇਆ ਭੁਲਾ ਰਿਹਾ ਅਤੇ ਇੱਕ ਗੱਡੀ ਦੇ ਆਪਣੇ ਜਾਲੀਆਂ ਲੱਗੀਆਂ ਹੋਈਆਂ ਸੀ ਕਾਲੀਆਂ, ਇਹਦਾ ਚਲਾਉਣ ਦਾ ਇੱਕ ਦੁਕਾਨਾਂ ਮੂਹਰੇ ਮੋਟਰਸਾਈਕਲ ਬਹੁਤ ਤੁਸੀਂ ਪਰੇ ਕਰਾ ਰਹੇ ਸੀ, ਕੀ ਉਹਨਾਂ ਨੂੰ ਚੇਤਾਵਨੀ ਦਿੱਤੀ ਆ ਦੁਕਾਨਾਂ ਵਾਲਿਆਂ ਨੂੰ? ਉਹ ਸਰ 4-5 ਵਾਰ ਚੇਤਾਵਨੀ ਦੇ ਚੁੱਕੇ ਜੀ, ਉਹ ਨਹੀਂ ਮੰਨਦੇ ਹੈਗੇ ਅਤੇ ਮੋਟਰਸਾਈਕਲ ਬੰਦ ਕਰ ਰਹੇ ਜੀ, ਜਿਹਨਾਂ ਨੰਬਰ ਆ ਜੀ ਮੋਟਰਸਾਈਕਲ ਨਾ ਕੀਆ ਨੰਬਰ ਨਾ ਪੁੱਛਿਆ। ਅਸੀਂ ਸਰ ਲੌਕ ਲਾਉਂਦੇ ਹਾਂ ਜੀ, ਆਪਣੇ ਟਾਇਰ ਲੌਕ ਲਾ ਕੇ ਅਸੀਂ ਉਹਦਾ ਚਲਾਨ ਕਰਦੇ ਹਾਂ। ਠੀਕ ਹੈ ਜੀ। ਔਰ ਸਾਡੇ 4-5 ਚਲਾਨ ਹੁੰਦੇ ਜੀ ਆਪਣੇ। ਸਰ ਕੀ ਕੀ ਅਪੀਲ ਕਰੋਗੇ ਆਮ ਪਬਲਿਕ ਨੂੰ? ਸਰ ਅਪੀਲ ਇਹੀ ਕਰਾਂਗੇ ਵੀ ਗੱਡੀ ਆਪਣੇ ਨਾ ਬਾਜ਼ਾਰ 'ਚ ਲਾਓ ਜਿੱਥੇ ਜਾਮ ਲੱਗਦਾ ਗਾ, ਅਤੇ ਗੱਡੀ ਸਾਈਡ 'ਤੇ ਲਾ ਕੇ ਆਪਣਾ ਸਮਾਨ ਲਓ।